ਸ਼੍ਰੀਕਾਲ ਸਾਰਿਆਂ ਨੂੰ ਤੇ ਅੱਜ ਆਪਾਂ ਰੈਸਪੀ ਬਣਾਵਾਂਗੇ ਮੀਟ ਦੀ ਰੈਸਪੀ ਤੇ ਜਿਸ ਕਾਰਨ ਇੱਥੇ ਚੁੱਲ੍ਹਾ ਬਣਾਉਂਦਾ ਪਿਆ ਦੇਸੀ ਚੁੱਲ੍ਹਾ ਸ਼ੁਰੂ ਕਰਦਾ ਤੇ ਲਾਪ੍ਰਿਤ ਲਈ ਲਾ ਕੇ ਆਉਂਦਾ ਪਿਆ ਵਾ ਉਹਨੂੰ ਕੜਾਈ ਨੂੰ ਕੜਾਈ ਸ਼ੁਰੂ ਹਾਂ ਹੋਰ ਜੀ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਕੀ ਹਾਲ ਚਾਲ ਸਾਰਿਆਂ ਦਾ ਤੇ ਅਸੀਂ ਲਿੱਟੀ ਜੀ ਲਾ ਕੇ ਲਿਆਏ ਹਾਂ ਕਿ ਇਹ ਕਾਲੀ ਨਾ ਹੋਵੇ ਤੇ ਅੱਜ ਜੋ ਰੈਸਪੀ ਹੈ ਚਿਕਨ ਰੈਸਪੀ ਆ ਪਹਿਲਾਂ ਬਣਾਈ ਸੀ ਐਗ ਕੜੀ ਬਣਾਈ ਸੀ ਉਹ ਤੇ ਥੱਲੇ ਬਣਾਈ ਸੀ ਹੁਣ ਅਸੀਂ ਉੱਤੇ ਗੋਹਾ ਗੋਹਾ ਫੇਰਿਆ ਬਿਲਕੁਲ ਸਾਫ਼ ਕਰ ਲਿਆ ਦੇਖ ਲਓ ਜਿੱਦਾਂ ਕਿ ਤੁਹਾਨੂੰ ਦੇਖਦਾ ਜਿਸ ਕਾਰਨ ਚੁੱਲ੍ਹਾ ਬਣਾਉਂਦਾ ਪਿਆ ਵਾ ਤੇ ਰੈਡੀ ਹੋ ਗਈ ਆ ਸਾਡਾ ਕੰਮ ਹੋ ਗਿਆ ਪੂਰਾ ਆ ਗਿਆ ਆ ਵੇਖ ਕੇ ਜਿਲੇਟੀ ਮੈਂ ਲਾਈ ਸਹੀ ਆ ਹਾਂ ਹਾਂ ਵਧੀਆ ਬਸ ਸਹੀ ਆ ਸਹੀ ਆ ਜਿਸ ਕਾਰਨ ਖਾਵਾਂਗੇ ਜੀ ਅੱਜ ਬਸ ਠੀਕ ਆ ਦੇਖੋ ਅਸੀਂ ਬਣਾਉਣ ਲੱਗੇ ਆ ਹੁਣ ਆ ਦੇਖੋ ਪਹਿਲਾਂ ਨਾਪ ਲੈ ਲਗੇ ਆਪਾਂ ਕਿ ਪੂਰੇ ਫਿਟਿੰਗ ਹੋਣ ਡਈ ਆ ਕਿ ਨਹੀਂ ਤੇ ਇਹਨੇ ਆ ਥੱਲੋਂ ਲਾ ਲਿਆਂਦੀ ਤੇ ਦੇਖੋ ਕਿ ਪੂਰੀ ਫਿੱਟ ਆ ਚੱਲਿਆ ਇਹ ਅਸੀਂ ਆਪ ਹੀ ਉੱਪਰ ਬਣਾਇਆ ਕਿਉਂਕਿ ਬਸ ਸਹੀ ਆ ਇਸ ਕਾਰਨ ਬਿਲਕੁਲ ਸਹੀ ਆ ਉੱਪਰ ਛਾਂ ਸੀ ਤੇ ਥੱਲੇ ਜਿਹੜਾ ਸੀ ਨਾ ਥੱਲੇ ਥੋੜੀ ਧੁੱਪ ਜ਼ਿਆਦਾ ਸੀ ਅਸੀਂ ਕਿਹਾ ਕਿ ਉੱਪਰ ਬਣਾਈਏ ਸਾਫ ਸੂਫਾ ਥਾਂ ਇਸ ਲਈ ਅੱਜ ਆਪਾਂ ਉੱਪਰ ਬਣਾਵਾਂਗੇ ਚਲੋ ਕਰਦੇ ਹਾਂ ਸ਼ੁਰੂ ਚਲੋ ਲਓ ਜੀ ਆਪਾਂ ਜੋ ਕਿ ਸਲਾਦ ਕੀ ਜਾਂਦਾ ਵਾ ਗੰਡੇ ਗੁੰਡੇ ਸੀਗੇ ਆਪਣਾ ਟਮਾਟਰ ਸੀਗੇ ਸਾਰੇ ਰੱਜੀ ਚੀਰਦੀ ਪਈ ਆ ਆ ਦੇਖੋ ਜੀ ਰੈਸਪੀ ਵਿੱਚ ਜੋ ਪੈਣਾ ਵਾ ਰੱਜੀ ਲਸਣ ਤੇ ਉਹ ਕਿੱਥੇ ਅਦਰਕ ਪੇਸਟ ਬਣਾ ਲਿਆ ਆਪਾਂ ਉਹ ਵੀ ਪੇਸਟ ਬਣਾ ਲਿਆ ਹੈ ਬਣਾ ਕੇ ਲਿਆਏ ਹੋਏ ਆ ਵੈਰੀ ਗੁੱਡ ਕੰਮ ਵਧੀਆ ਕੀਤਾ ਆ ਦੇਖ ਲਓ ਜੀ ਦਿਖਾ ਦਈਏ ਲਿਆਓ ਚੀਰ ਦੇ ਪਿਆ ਲਿਆ ਮਾਂ ਅਸੀਂ ਸਾਰਾ ਕੁਝ ਇਹਦੇ ਵਿੱਚ ਇਹ ਲਿਆ ਛੋਟੀ ਜੀ ਚ ਬਹੁਤ ਕੁਝ ਪੂਰਾ ਆ ਗਿਆ ਹਲਦੀ ਲੂਣ ਲਸਣ ਤੇ ਅਦਰਕ ਕਿੱਥੇ ਤਾਂ ਦਾ ਮਸਾਲਾ ਚਿਕਨ ਮਸਾਲਾ ਅਦਰਕ ਉਹ ਡੋਂਦੇ ਚ ਹੀ ਅਲਫਾਫੇ ਚ ਆ ਅੱਛਾ ਉਹ ਚਲੋ ਜੀ ਬਾਕੀ ਵੀਡੀਓ ਮੈਂ ਬਾਅਦ ਬਣਾਉਣਾ ਛੇਲੇ ਛੁੱਲ ਲੈਨੇ ਇੱਕ ਮਿੰਟ ਲਓ ਜੀ ਆਪਾਂ ਹੁਣ ਚਿਕਨ ਨੂੰ ਵੀ ਧੋ ਲਿਆਂਦਾ ਵਾ ਸਾਰਾ ਕੰਮ ਹੋ ਗਿਆ ਹੁਣ ਆਪਾਂ ਅੱਗ ਬਾਲਦੇ ਹੁਣ ਆਪਾਂ ਅੱਗ ਬਾਲਣੀ ਸ਼ੁਰੂ ਕਰਦੇ ਆ ਤੇ ਤੇਲ ਤੂਲ ਪਾਉਨੇ ਆ ਜੀ ਮੈਂ ਬਾਲਦਾ ਕੜਾਈ ਚ ਪਹਿਲਾਂ ਫਿਰ ਨਾ ਕਿ ਆਹ ਚੀਰਨ ਵਾਲਾ ਪਿਆ ਕਰੋ ਸ਼ੁਰੂ ਕਰੋ ਤੇ ਆ ਦੇਖੋ ਆਪਾਂ ਸਾਰਾ ਕੁਝ ਹੁਣ ਕੱਟ ਕੁੱਟ ਕੇ ਰੱਖ ਲਿਆ ਵਾ ਤੇ ਉਧਰ ਲੱਕੜਾਂ ਵੀ ਵੱਢ ਲੀਆਂ ਇਹਦੇ ਨਾਲ ਵੱਢ ਕੇ ਆਪਾਂ ਇੱਥੇ ਵੀ ਰੱਖ ਲਈਆਂ ਹੁਣ ਚੁੱਲ੍ਹੇ 'ਚ ਲੱਕੜਾਂ ਪਾਵਾਂਗੇ ਤੇ ਤੇਲ ਪਾਵਾਂਗੇ ਤੇ ਸ਼ੁਰੂ ਕਰਾਂਗੇ ਅੱਗ ਬਾਲਣੀ ਡੱਬੀ ਕਿੱਥੇ ਆ ਡੱਬੀ ਆ ਭਾਈ ਤੇਰੇ ਕੋਲ ਤੁਹਾਨੂੰ ਆਲਾ ਦਾ ਦਿਵਾਲਾ ਵੀ ਦਿਖਾ ਦਿੰਨੇ ਆ ਕੀ ਹਾਲ ਚਾਲ ਆ ਇੱਧਰ ਉੱਧਰ ਆ ਦੇਖੋ ਜੀ ਆਲਾ ਦਿਵਾਲਾ ਸ਼ੁਰੂ ਕਰਦੇ ਕੋਈ ਨਹੀਂ ਅੱਗ ਬਾਲਦੇ ਬਾਲਦੇ ਅੱਗ ਆਪਾਂ ਅੱਗ ਮਚਾਲੀ ਹੋਈ ਆ ਵਾਧੂ ਤੇ ਹੁਣ ਇੱਕ ਵਾਰੀ ਅੱਗ ਬਹੁਤ ਵਧੀਆ ਬਲ ਚੁੱਕੀ ਆ ਤੇ ਹੁਣ ਆਪਾਂ ਕਰਦੇ ਆ ਸ਼ੁਰੂ ਕੰਮ ਆਪਦਾ ਪਾਉਣੇ ਆ ਤੇਲ ਤੂਲ ਤੇ ਫਿਰ ਸਟਾਰਟ ਕਰਦੇ ਆ ਉਹਦੇ ਨਾਲ ਬਲ ਕੁਹਾੜੀ ਹੋਰ ਚਾਹੀਦੀ ਆਪਾਂ ਨੂੰ ਮਿੱਟੀ ਕੋਈ ਨਹੀਂ ਰੱਜੀ ਭਲਾ ਕੀ ਆਪਣਾ ਹੈਂਡਲ ਛੱਡ ਜਾਣਾ ਆ ਵਾਲਾ ਨਹੀਂ ਇਹਨੂੰ ਮੰਮੀ ਨੇ ਕਿੰਨੀ ਲਾਈ ਸੀ ਕਮਾਲਾ ਕਮਾਲਾ ਇਹਨੂੰ ਥੋੜਾ ਜਿਹਾ ਕੋਈ ਚੱਕਰ ਨਹੀਂ ਮੈਂ ਇਦਾਂ ਕਰ ਬਸ ਬੈਕ ਸਾਈਡ ਤੋਂ ਆ ਬਾਹਰ ਹੁੰਦੀ ਪਈ ਨਾ ਕੋਈ ਨਹੀਂ ਇੱਕ ਵਾਰੀ ਅੱਗ ਜਾ ਦੀ ਨਾ ਲੋ ਜੀ ਕੜਾਈ ਆਪਣੀ ਹੋ ਗਈ ਆ ਗਰਮ ਤੇ ਆਪਾਂ ਹੁਣ ਪਾ ਦਿੰਨੇ ਤੇਲ ਬੜਿਆ ਪਿਆ ਬੜਿਆ ਪਿਆ ਬੜਿਆ ਪਿਆ ਬਸ ਇੱਕ ਵਾਰੀ ਬਸ 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 ਜ਼ਿਆਦਾ ਨਹੀਂ ਜ਼ਿਆਦਾ ਨਹੀਂ ਜ਼ਿਆਦਾ ਨੋਰਮਲ ਤੇ ਠੀਕ ਹੈ ਬਸ ਬਹੁਤ ਹੁੰਦਾ ਇੰਨਾ ਆਪਾਂ ਨੂੰ ਪਤਾ ਨਾ ਕਿੰਨਾ ਕੁ ਪੈਣਾ ਰਜੀ ਬਣ ਗਿਆ ਕੰਮ ਲਗਾ ਲਿਆ ਓਏ ਹੋਰ ਤੇਲ ਪਾ ਇਹ ਕਹਿੰਦਾ ਮੈਨੂੰ ਇੰਨਾ ਨਹੀਂ ਨਹੀਂ ਹੋਰ ਪਾ ਥੋੜਾ ਹੋਰ ਪਾ ਦੋ ਸਾਨੂੰ ਚੱਲ ਪਾ ਦੋ ਕੋਈ ਚੱਕਰ ਨਹੀਂ ਬਹੁਤ ਆ ਹੁਣ ਇੰਨਾ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਪਾਵਾਂਗੇ ਗੰਡੇ ਹੋ ਗਿਆ ਆਪਣਾ ਤੇ ਇਸ ਲਈ ਆਪਾਂ ਸਭ ਤੋਂ ਪਹਿਲਾਂ ਪਾਵਾਂਗੇ ਇੱਚ ਗੰਡੇ ਚਲੋ ਪਾ ਦੋ ਲਓ ਜੀ ਆਪਾਂ ਗੰਡੇ ਪਾਤੇ ਨੇ ਇਹਦੇ ਮੰਮੀ ਵੀ ਆ ਲੈਂਦੋ ਆਇਆ ਆਇਆ ਕੋਈ ਨਹੀਂ ਹੈ ਕਿਹੜਾ ਬਣ ਗਿਆ ਵਾ ਤੂੰ ਪਹਿਲਾਂ ਹੀ ਆਉਣਾ ਵਾ ਜਿਹੜੇ ਗੰਡੇ ਉਹ ਆਪਾਂ ਪਹਿਲਾਂ ਨਾ ਉਹ ਕਰ ਲਾਂਗੇ ਕਰ ਦੋ ਕਰ ਦੋ ਕੋਈ ਨਹੀਂ ਲੱਕੜਾਂ ਹੋਰ ਪਈਆਂ ਮੀਟ ਬਣੂਗਾ ਕਿਦਾਂ ਚਿਕਨ ਉਹ ਬਣਾ ਦੇ ਲਾ ਆਪਣੇ ਮਸਾਲੇ ਆਲੂ ਆਲੂ ਮਸਾਲੇ ਆਕਸੀਜਨ ਵੀ ਚਾਹੀਦੀ ਅੱਗ ਨੂੰ ਪੂਰੀ ਆਪਾਂ ਹਵਾ ਲਈ
ਚੱਲ ਤੇਲ ਹੋ ਗਿਆ ਮੈਨੂੰ ਅੱਛਾ ਵੀ ਪਾਤਾ ਵੈਰੀ ਗੁੱਡ ਇਹ ਪੁੱਜੇ ਨਹੀਂ ਆ ਹਨਾ ਹਾਂ ਇਹ ਨਹੀਂ ਚੱਲ ਮੈਨੂੰ ਤਾਂ ਲੱਗਦਾ ਗੰਡੇ ਉਹ ਚੱਲੇ ਆ ਉਹ ਚੱਲੇ ਆ ਹਾਂ ਦੇਖੋ ਜੀ ਲਾਲ ਹੋ ਲੈਂਦੇ ਹੋ ਗੰਡੇ ਨੂੰ ਲਾਲ ਹੋ ਗਏ ਉਹ ਚੱਲ ਹੋ ਗਿਆ ਮੈਨੂੰ ਇੱਕ ਰਿਸ਼ਤਾ चल अगो ਨਾਲ ਹੀ ਆਪਾਂ ਇਹਦੇ ਵਿੱਚ ਅਦਰਕ ਅਦਰਕ ਪਾ ਲਾਂਗੇ ਇਹ ਵੀ ਅਸੀਂ ਪੇਸਟ ਹੀ ਬਣਾਇਆ ਹੋਇਆ ਕੁੱਟ ਕੇ ਉਹ ਵੀ ਕੁੱਟ ਕੇ ਲਿਆਂਦਾ ਰਜੀ ਲੂਣ ਮਿਰਚ ਮਸਾਲਾ ਬਾਅਦ ਚ ਐਡ ਕਰ ਲਾ ਐਂਡ ਤੇ ਪਾ ਲਾ ਮਤਲਬ ਐਂਡ ਤੇ ਨਹੀਂ ਮਤਲਬ ਟਮਾਟਰ ਜਦੋਂ ਆਪਾਂ ਕਰ ਲਿਆ ਅੱਛਾ ਅੱਛਾ ਇੱਕ ਵਾਰੀ ਇਹਨਾਂ ਨੂੰ ਮਿਲਾ ਤੇ ਆ ਜਿਹੜੇ ਮਸਾਲੇ ਇਹ ਬਾਅਦ ਚ ਵੀ ਕਰ ਦੇ इंतजार ही करना पैना चलो हुण लगे लून मिर्च मसाला हल्दी जो भी है आपके स्वाद अनुसार पा लो जिदा सब तो पहले हल्दी पा हल्दी 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 सब तो पहला हल्दी पा दिती आ लो जी देख लो मिर्च ज्यादा सही भी नहीं अद्धा चमचा ही बहुत थोड़ा जहा पा दे लून पा दे लून लून पा दे ज्यादा ना पा थोड़ा पा इतना नहीं नॉर्मल नॉर्मल पा नॉर्मल चलो टमाटर फिर अपनी आऊगी मीट दी वारी लो जी बांदी पई बांदी पई बांदी पई की भला चिकन बांदा पिया मुर्गी बांदी पई ਲੋ ਜੀ ਆ ਗਿਆ ਚਿਕਨ ਦੀ ਵਾਰੀ ਆ ਗਈ ਆ ਚਿਕਨ ਪਾਉਣ ਲੱਗਿਆ ਚਲੋ ਛੁੱਟ ਦੋ ਹੋਰ ਹੈਗਾ ਕਪਾਸੀ ਜੀ ਇਹੋ ਹੀ ਸੀ ਹਾਂ ਬਸ ਉਹਨਾਂ ਮਿਕਸ ਆ ਦੇਖੋ ਜੀ ਬਹੁਤ ਹੀ ਬੜੀ ਬਹੁਤ ਹੀ ਪਿਆਰ ਦੇ ਨਾਲ ਆਪਾਂ ਇਹਨੂੰ ਕਿਉਂਕਿ ਕਹਿੰਦੇ ਨੇ ਕੋਈ ਵੀ ਚੀਜ਼ ਬਣਾਉਣੀ ਆ ਪਿਆਰ ਦੇ ਨਾਲ ਬਣਾਈਏ ਤਾਂ ਸਵਾਦ ਬਣਦੀ ਆ ਉਹੋ ਹੀ ਜੇ ਮਨ ਵਿੱਚ ਆਪਣਾ ਹੋਰ ਕੁਝ ਚੱਲੀ ਜਾਂਦਾ ਕਿਸੇ ਦਾ ਵਾਧਾ ਘਾਟਾ ਮਾੜਾ ਸੋਚਿਆ ਤਾਂ ਚੀਜ਼ ਵੀ ਮਾੜੀ ਬਣਦੀ ਆ ਵਧੀਆ ਸੋਚ ਕੇ ਬਣਾਓ ਹਰ ਇੱਕ ਚੀਜ਼ ਵਧੀਆ ਬਣਦੀ ਪਿਆਰ ਦੇ ਸਾਰਿਆਂ ਦੀ ਮਿਹਨਤ ਐਵੇਂ ਇੱਕ ਦੂਜੇ ਨਾਲ ਨਾ ਲੜੋ ਪਤਾ ਮੈਂ ਵੈਸੇ ਕਹੀ ਜਾਂਦਾ ਦੇਖੋ ਜੀ ਸ਼ਾਮਾਂ ਪਈ ਜਾਂਦੀਆਂ ਨੇ ਤੇ ਰੁੱਖ ਦਾ ਵੀ ਵੇਖ ਲਓ ਜੀ ਪਾਣੀ ਪਾ ਦੇਣਾ ਜੀ चलो ठीक है फिर टमाटर ਕੋਈ ਟਮਾਟਰ ਵਿੱਚ ਤੁਹਾਨੂੰ ਪਤਾ ਹੀ ਹੈ ਸਾਰੇ ਆਪੇ ਗਲ ਜਾਂਦੇ ਆ ਹਾਂ ਤੇ ਇਹ ਅਸੀਂ ਇਦਾਂ ਕਰਕੇ ਪਾਵਾਂਗੇ ਵਾਹ ਠੀਕ ਆ ਤੇ ਹੁਣ ਆਪਾਂ ਪਾ ਦਾਂਗੇ ਹਰੀ ਮਿਰਚ
ਚਲੋ ਜੀ ਚਾਰ ਪੰਜ ਹੈਗੀਆਂ ਸੁੱਟ ਦੋ ਵਿੱਚ ਜਿਹੜੇ ਆਪਾਂ ਟਮਾਟਰ ਪਾਏ ਸੀ ਉਹ ਪੂਰੀ ਗਲਣ ਦੀ ਕੋਸ਼ਿਸ਼ ਵਿੱਚ ਆ ਮਤਲਬ ਹੁਣ ਗਾਲੀ ਚੱਲੇ ਗਾਲੀ ਚੱਲਿਆ ਦੇਖ ਸਕਦੇ ਹੋ ਗਲ ਗਏ ਆਪਣੇ ਟਮਾਟਰ ਜਿਹੜੇ ਟਮਾਟਰ ਜਿਹੜੇ ਸਾਰੇ ਚਿਕਨ ਦਾ ਦੇਖੋ ਕਿੰਨਾ ਸੋਹਣਾ ਰੂਪ ਆ ਯਾਰ ਵਾਹ ਜੀ ਵਾਹ ਵਾਹ ਜੀ ਵਾਹ ਤੁਹਾਨੂੰ ਇੱਥੇ ਖਾ ਕੇ ਦਿਖਾਵਾਂਗੇ ਖਾਣਾ ਸਿੱਟੀ ਜਾ ਤੂੰ ਲਾਲਾ ਹੁਣ ਮੂੰਹ ਚ ਆਪੇ ਪਾਣੀ ਡਿੱਗੀ ਜਾਂਦਾ ਵੇਖ ਕੇ ਤੇ ਕੈਮਰਾ ਮੈਂ ਤਾਂ ਪਹਿਲਾਂ ਹੀ ਚਲੋ ਜੀ ਬਣ ਗਿਆ ਹੈ ਇਹਨੂੰ ਆਪਾਂ 10-15 ਮਿੰਟ ਇੱਧਰ ਰੱਖਦੇ ਆਂ ਤੇ ਸੈਟਿੰਗ ਕਰ ਦਈਏ ਥੋੜਾ ਜਿਹਾ ਗਰਮ ਹੋ ਚੁੱਕੀ ਉਹਦੀ ਉਹ ਹੋ ਗਈ ਗਰਮ ਐ ਕਰ ਕੱਪੜੇ ਤੇ ਦੇਖੋ ਰਾਤ ਵੇਲੇ ਵੀ ਕੋਇਲ ਬੋਲਣ ਡਈ ਆ ਹਾਂ ਤੇ ਦਿਨ ਵੇਲੇ ਵੀ ਬੋਲਦੀ ਆ ਤੇ ਚਲੋ ਆਪਣੇ ਕੋਲ ਗਾਇਕ ਵੀ ਆ ਗਏ ਹੋਏ ਆ ਚਲੋ ਜੀ ਤੁਹਾਨੂੰ ਮੈਂ ਚਲੋ ਸੁਣਾਓ ਕੋਈ ਗਾਣਾ ਕੋਈ ਸੁਣਾ ਦਗੇ ਚਲੋ ਆਪਾਂ ਗਾਣਾ ਸੁਣਾ ਦਿੰਨੇ ਆ ਤੁਹਾਨੂੰ ਵਧੀਆ ਆ ਕੋਈ ਕਿਹੜਾ ਗਾਣਾ ਸੁਣਨਾ ਦੱਸੋ ਜਿਸ ਕਾਰਨ ਕਿਹੜਾ ਸੁਣਾ ਕੋਈ ਵੀ ਸੁਣਾ ਦੇ ਸਾਨੂੰ ਤੁਹਾਨੂੰ ਜਿਹੜਾ ਯਾਦ ਆ ਚਲੋ ਮੈਨੂੰ ਹਾਂ ਇੱਕ ਯਾਦ ਆ ਬਹਿ ਕੇ ਸੁਣਾ ਦੋ ਬਹਿ ਜਾਓ ਮੜਾ ਜਾ ਬਹਿ ਜਾਓ ਰਮਾਨ ਨਾਲ ਬਹਿ ਜਾਓ ਨਾਲੇ ਗਰਮੀ ਚਾਹੀਦੀ ਆ ਨਾਲੇ ਗਲੇ ਗੋਲੇ ਆਪਾਂ ਜ਼ਰੂਰੀ ਇੱਥੇ ਥੱਕਣਾ ਆਪਾਂ ਕਿਹੜਾ ਕਿਤੇ ਆਏ ਆ ਕਿਤੇ ਇੱਧਰ ਕਰੋ ਗਾਣੇ ਹੁਣ ਗਾਣਿਆਂ ਦੀ ਧੜੀ ਬੰਨ੍ਹਣੀ ਮੈਂ ਵੇਖਿਓ ਉਹ ਪੈਰਾਂ ਚ ਪਜੇਬਾਂ ਤੇਰੀ ਵੀ ਨੀ ਵਿੱਚ ਵੰਗਣਾ ਨੀ ਪੁੱਛਦੇ ਨੇ ਸਾਰੇ ਨੀ ਤੂੰ ਕਿੱਧਰੋਂ ਦੀ ਲੰਘਣਾ ਉਹ ਤੇਰੇ ਪਿੱਛੇ ਮੁੰਡਿਆਂ ਦੇ ਬਣ ਗਏ ਤੜੇ ਨੀ ਕਦੀ ਸਾਡੀ ਵੀ ਗਲੀ ਚ ਗੇੜਾ ਮਾਰ ਨੀ ਮੁੱਕ ਚੱਲੇ ਖੜੇ ਖੜੇ ਸਾਡੀ ਵੀ ਗਲੀ ਚ ਗੇੜਾ ਮਾਰ ਨੀ ਮੁੱਕ ਚੱਲੇ ਖੜੇ ਖੜੇ ਉਹ ਮੁੰਡਿਆਂ ਦੇ ਕਾਲਜ ਚ ਆ ਗਈ ਤੂੰ ਅੱਗ ਬਣ ਕੇ ਅੱਗੋਂ ਹੁਣ ਮੈਨੂੰ ਗਾਣਾ ਨੀ ਆਉਂਦਾ ਚਲੋ ਇੰਨਾ ਕੁ ਹਨਾ ਜਿੰਨਾ ਕੁ ਤੁਸੀਂ ਪੈਸੇ ਮੈਨੂੰ ਦਿੱਤੇ ਉਹਨਾਂ ਕੁ ਮੈਂ ਸੁਣਾਉਣਾ ਤੁਹਾਨੂੰ ਨਹੀਂ ਦੇਵਾਂਗੇ ਕਿਉਂਕਿ ਆਉਂਦਾ ਹੀ ਇੰਨਾ ਸੀ ਕੋਈ ਚੱਕਰ ਵਾਲੀ ਗੱਲ ਨਹੀਂ ਹੋਰ ਆਪਾਂ ਸੁਣਾ ਦਿੰਦੇ ਹਾਂ ਕੋਈ ਇੱਕ ਇੱਕ ਟੱਪਾ ਆਉਂਦਾ ਮੈਂ ਜ਼ਿਆਦਾ ਗਾਣੇ ਸੁਣਦਾ ਵਾਂ ਇੱਕ ਇੰਨੇ ਕੁ ਯਾਦ ਰਹਿੰਦੇ ਜਿੰਨੇ ਕੁ ਆਉਂਦਾ ਤੇ ਹੁਣ ਤੁਹਾਨੂੰ ਦਿਖਾ ਦਈਏ ਕਿ ਹਨੇਰਾ ਉਹ ਚੱਲਿਆ ਵਾ ਤੇ ਹੁਣ ਇਸ ਟਾਈਮ ਅਸੀਂ ਫਲੈਸ਼ ਜਗਾਈ ਹੋਈ ਆ ਮੋਬਾਈਲ ਦੀ ਉਹ ਕੈਮਰੇ ਦੀ ਫਲੈਸ਼ ਜਗਾਈ ਹੋਈ ਆ ਚੱਲ ਆ ਜਾ ਰੋਈ ਨਾ ਸੁਣਾ ਦਈਏ ਲਓ ਜੀ ਇੱਕ ਹੋਰ ਗਾਣਾ ਸੁਣ ਲੈਨੇ ਆ ਚਲੋ ਚਲੋ ਰਜਿਤ ਮੈਂ ਇਕੱਠੇ ਗਾਣਾ ਸੁਣਾਉਣੇ ਆ ਰੋਈ ਨਾ ਰੋਈ ਨਾ ਜੇ ਯਾਦ ਮੇਰੀ ਆਈ ਵੇ ਖੁਸ਼ ਰਹੀ ਅੱਖਾਂ ਨਾ ਭਰ ਆਈ ਵੇ ਹੋਇਆ ਕੀ ਜੇ ਤੂੰ ਮੈਥੋਂ ਦੂਰ ਹੋ ਗਿਆ ਸੁਪਨਾ ਦੋਹਾਂ ਦਾ ਇੱਥੇ ਚੂਰੋ ਚੂਰ ਹੋ ਗਿਆ ਕੱਲਿਆਂ ਕਿਤੇ ਨਾ ਰੁੱਲ ਜਾਈ ਵੇ ਰੋਈ ਨਾ ਜੇ ਯਾਦ ਮੇਰੀ ਆਈ ਵੇ ਖੁਸ਼ ਰਹੀ ਅੱਖਾਂ ਨਾ ਪਰ ਆਈ ਵੇ ਜੇ ਤੂੰ ਮੈਥੋਂ ਦੂਰ ਹੋ ਗਿਆ ਸੁਪਨਾ ਦੋਹਾਂ ਦਾ ਚੂਰੋ ਚੂਰ ਹੋ ਗਿਆ ਕਿਤੇ ਕੱਲਿਆਂ ਨਾ ਚੇਸ਼ ਨਹੀਂ ਕਿਤੇ ਕੱਲਿਆਂ ਕਿਤੇ ਨਾ ਰੁੱਲ ਜਾਈ ਵੇ ਤੇਰੀ ਗਲੀ ਚੋਂ ਕਰ ਛੱਡ ਮੈਂ ਛੱਡ ਕੇ ਆਪਣੇ ਮਹੱਲੇ ਵਿੱਚ ਘਰ ਪਾ ਲਿਆ ਸਵੇਰ ਦੀ ਰਜ਼ਾਮ ਛੱਡ ਕੇ ਨਵਾਂ ਜੋਧਨਾ ਤੇ ਤੇਰਾ ਨਾਮ ਲੈ ਲਿਆ ਪਰ ਮੇਰੀ ਸੁਣੀ ਨਾ ਅੱਲਾ ਗੈਰ ਹੋ ਗਿਆ ਦੁਨੀਆ ਦਾ ਸਾਡੇ ਨਾਲ ਵੈਰ ਹੋ ਗਿਆ ਚਲੋ ਆਪਣਾ ਦੇਖੋ ਰੈਡੀ ਹੋ ਗਿਆ ਰੈਡੀ ਹੋਣ ਹੀ ਵਾਲਾ ਆ ਗੱਲ ਚੱਲੇ ਵਿਚਾਰੇ ਕਿੰਨੇ ਸਿਰ ਦੇ ਗਲਣ ਦੀ ਕੋਸ਼ਿਸ਼ ਇਹ ਵੀ ਗਲ ਗਿਆ ਹੱਡੀਆਂ ਵੀ ਗਲ ਗਈਆਂ ਹੋ ਰਿਹਾ ਵੇਖੋ ਲਓ ਜੀ ਇਹ ਰੈਡੀ ਹੋ ਚੱਲਿਆ ਵਾ ਹਾਂ ਹਾਂ ਤੇ ਹੁਣ ਆਪਾਂ ਕਰਾਂਗੇ ਇਹਨੂੰ ਸ਼ੁਰੂ ਖਾਣਾ ਟਮਾਟਰ ਆਪਣੇ ਰਜੇ ਇੱਧਰ ਭਾਫਣਾ ਹੋਰ ਗੱਲ ਜਾਣੇ ਆ ਹਾਂ ਤੇ ਗਾਲੀ ਕਹਿ ਇਹਨੂੰ ਆਪਣਾ 10-15 ਮਿੰਟ ਹੋਰ ਮੈਂ ਕਹਿੰਦਾ ਆਪਾਂ ਕਰ ਦਈਏ ਇਹਨੂੰ ਬਿਲਕੁਲ ਅੱਗ ਲਿਆ ਮੈਂ ਬਾਲਾਂ ਯਾਰ ਥੱਲੇ ਪਰੇ ਲਓ ਜੀ ਅੱਗ ਬਾਲਣ ਲੱਗੇ ਹੋਰ ਅੱਗ ਕਿੱਥੇ ਆ ਅੱਗ ਬਾਲਣ ਲਈ ਮੈਨੂੰ ਲੱਗਦਾ ਆਪਣਾ ਬਾਲਣ ਮੁੱਕ ਗਿਆ ਚਲ ਬੋਰੇ ਲਾ ਦਿੰਦੇ ਵਿੱਚ ਨਹੀਂ ਨਹੀਂ ਬੋਰੇ ਲਾਉਣ ਦੀ ਲੋੜ ਨਹੀਂ ਅੱਗ ਹਜੇ ਵਾਧੂ ਪਈ ਵਿੱਚ ਆਪਾਂ ਨੂੰ ਮੇਰੇ ਹਿਸਾਬ ਨਾਲ ਚੱਕ ਲਿਆ ਮੈਂ ਖੇਤਾਂ ਵਿੱਚ ਜਾ ਕੇ ਨਹੀਂ ਨਹੀਂ ਲੋੜ ਹੀ ਨਹੀਂ ਚੱਕਣ ਦੀ ਹੋ ਗਿਆ ਕੰਮ ਯਾਰ ਦੇਖਦਾ ਤੂੰ ਆਪਾਂ ਮੋਦਿਆਂ ਨੇ ਸਬਜ਼ੀ ਸੁੱਕੀ ਬਣਾ ਰਹੀ ਆ ਘਰੇ ਰੋਟੀਆਂ ਬਣਾ ਲਈਆਂ ਹੋਣੀਆਂ ਜਾ ਕੇ ਖਾਵਾਂ ਤੇ ਅਸੀਂ ਸਿੱਧੀਆਂ ਹੀ ਲੈ ਜਾਣੀ ਉੱਥੇ ਘਰੇ ਤੇ ਇੱਥੇ ਖਾ ਕੇ ਵੀ ਜਾਵਾਂਗੇ ਅਸੀਂ ਇੱਥੇ ਮੌਸਮ ਬਹੁਤ ਸੋਹਣਾ ਸੀ ਉਦੋਂ ਹਵਾ ਚੱਲਦੀ ਪਈ ਸੀ ਤੇ ਉੱਪਰ ਸ਼ਾਮ ਹੀ ਇਹਦੀ ਬਹੁਤ
हूँ देखो तेरे सामने ही किन्ना नेरा हो गया। असि इस टाइम कैमरे की तुम दसिया की फ्लैश जगाई हुई है तो वैसे तो नेरा हो गया। टाइम कितना हो गया है ना? टाइम तुम दस दिने इस टाइम 7:54 हो गया। अच्छा मतलब 8 बज ना रहे हैं। चलो आगे यार धीमी आ धीमी आंच है ना ये तो धीमे धीमे पर ना कहने तेज धीमी विच पकदा बहुत स्वाद बनता है ना। धीमी ता पे लानी हुन लकड़ा नहीं है। लो जी आपा जो किया धनिया ये दी डेकोरेशन दे लई उत्ते पा दित्ता गया है। अपना मीट वा ओ तैयार हो ही चलया है ना। देखो किन्ना सोहना लगता पर टमाटर थोड़ा थोड़ा है ना बिच ते देखो किद्दा सोहना लगता पिया है। नहीं नहीं एड्डी बनी गल चलो हुण आपां चेक करदे आं क्योंकि बाबा टाइम हो गया आपां नूं बिच्चे थोड़ी सुक जूगा। चलो रेडी बहुत सोहना हुण चकदे आं इहनूं लाउणे आं। लाओ बई एक मैनूं तूं फड़। चलो चलो चल लाला हो थोड़ी जी चक। चलो नहीं इच इच थोड़ी चलो हां हां इच पा पा सच पालो पालो। चलो हुन तुम दिखाने हैं जा चक चक रजनू चक लो पुत्रो बरजी इतना इतना डरदी इंदे तो टक्कर और गरम बहुत आ। ओ जी हिला के आपा पौणे आ। आ लो जी चंगे चंगे पीस आपा पाल गे। लड़ना नहीं तुम मेरे नाल कुलना नहीं कहे ने बहुत इतना खा गए हो ना आपा। नहीं एक बारी ओ पा ना सारा वावड़ा पाला पाला कोई चक्कर नहीं होर पाला बहुत आ करे भी ले जा। चल बहुत आ इन्ना अपने को कित्ते खादा जाना बस बहुत आ। चल हुण ना हुण असी इहदे उत्ते पावांगे। ल्याओ धनिया तू तो सारा ही खा गया धनिया वेखो कहंदे चल ओ की बाय चमचा दे ते मेनू भी दे दो थोड़ा जा। ओ प्लेट फड़ प्लेट प्लेट चलो नालो नाल खाने आ ते नाले नाल बैठने आ। ओ इधर पा दी थोड़ा आ बैठने आ। बह तो गया पा मैं बह गया ना मैं नहीं बैठा ही पहला। अच्छा जी प्लेट अपनी साफ ही आ। चलो एक एक चमचा कर ला प्लेट च कर ला फिर ना ठंडा हो जा। मैं इंदे च पाया आपा एवें इंदे च पा लिया दसो ठंडा होना है तो कहते आ चीज ठंडी होके खाइए तो वधिया वा जे गर्म खा लांगे तो मुंह साड़ लांगे। लो जी तुहानू पहले स्वाद दस दिए कहो जिहा चक्को दसो स्वाद। हुण मैं स्वाद चा मैं दसदा जी ऊं जान के नहीं करना जे वधिया लगा तो फिर दसना मैनूं लगे है बहुत ज्यादा स्वाद आ। चलो मैनू भी चमचा दे दो मैं वेखदा फिरूंगा लै मैं भी चमचा लै लिया। गर्म बहुत सी है तू हुण दस अब ठंडा कर लांगे। मैं दसदा तुहानू आ देखो मैं मूँह च चलिया तो खा लो तुम भी। लो जी हुण आपां घरे चले आ आपां खा भी लिया वा ते हुण जिहड़ा बच्चा जिहड़ा वा उह सारा डोलणी च पा के घरे घर नूं लै जांगे ते जाणे आ घरे। किद्दां दी लगी साडी वीडियो तुसीं दसो। वधिया लगी तां कर दिओ शेयर चैनल नूं कर दिओ सबसक्राइब वीडियो नूं कर दिओ लाइक। मिलांगे कोई अगली वीडियो ते ओके बाय।